ਸੋ ਮੈਂ ਟਾਇਰ 1, 2, 3 ਦੇ ਵਿੱਚ ਇਹਨਾਂ ਨੂੰ ਡਿਵਾਈਡ ਕਰ ਦਿੱਤਾ। ਯੂ ਮਸਟ ਬੀ ਥਿੰਕਿੰਗ ਕਿ ਯਾਰ ਕਿੱਦਾਂ ਕੀਤਾ, ਸਰ ਦੇ ਕੋਲ ਕੀ ਪ੍ਰੂਫ ਆ, ਸਰ ਨੇ ਆਪਣੀ ਮਰਜ਼ੀ ਨਾਲ ਹੀ ਕਿੱਦਾਂ ਕਹਿਤਾ ਵੀ ਨੌਨ ਵੈਜ ਤੇ ਦੁੱਧ ਜਿਹੜਾ ਵਧੀਆ ਆ ਤੇ ਦਾਲਾਂ ਸਬਜ਼ੀਆਂ ਪੂਅਰ ਆ। ਨਹੀਂ ਯਾਰ, ਮੈਂ ਆਪਣੇ ਕੋਲੋਂ ਨਹੀਂ ਕਿਹਾ, ਫੋਰ ਦਿਸ ਅਸੈਸਮੈਂਟ ਮੈਂ ਆਹ ਵਾਲਾ 3 ਟੂਲਸ ਜਿਹੜੇ ਫੋਲੋ ਕੀਤੇ ਆ, ਜਿਹਦੇ ਵਿੱਚੋਂ ਸਭ ਤੋਂ ਪੁਰਾਣਾ ਜਿਹੜਾ ਪੈਰਾਮੀਟਰ ਆਫ ਪ੍ਰੋਟੀਨ ਕੁਆਲਿਟੀ ਹੈ ਦੈਟ ਇਜ਼ ਬਾਇਓਲੋਜੀਕਲ ਵੈਲਿਊ। ਬਾਇਓਲੋਜੀਕਲ ਵੈਲਿਊ 'ਚ ਕੁਝ ਕੰਪਲੀਕੇਸ਼ਨਸ ਲੱਗੀਆਂ ਸਾਇੰਟਿਸਟ ਨੂੰ, ਦੈਨ ਉਹਨਾਂ ਨੇ ਇੱਕ ਨਵਾਂ ਜਿਹੜਾ ਪੈਰਾਮੀਟਰ ਬਣਾਇਆ ਵਿਚ ਇਜ਼ ਕਾਲਡ ਐਸ ਪੀਡੀਕਾਸ ਸਕੋਰ। ਠੀਕ ਹੈ, ਪੀਡੀਕਾਸ ਕਹਿੰਦੇ ਆ ਉਹਨੂੰ, ਪ੍ਰੋਟੀਨ ਡਾਈਜੈਸਟੀਬਿਲਿਟੀ ਕਰੈਕਟਡ ਅਮਾਈਨੋ ਐਸਿਡ ਸਕੋਰ। ਪੀਡੀਕਾਸ ਦੇ ਵਿੱਚ ਵੀ ਕੁਝ ਸ਼ਾਰਟ ਕਮਿੰਗਸ ਮਿਲੀਆਂ, ਦੈਨ ਜੋ ਲੇਟੈਸਟ ਉਹਨਾਂ ਨੇ ਉਸ ਤੋਂ ਵੀ ਅਪਡੇਟ ਕਰਕੇ ਬਣਾਇਆ ਦੈਟ ਇਜ਼ ਡੀਆਸ, ਦੈਟ ਇਜ਼ ਡਾਈਜੈਸਟੀਬਲ ਇਨਡਿਸਪੈਂਸੀਬਲ ਅਮਾਈਨੋ ਐਸਿਡ ਸਕੋਰ। ਠੀਕ ਹੈ, ਸੋ ਹੁਣ ਨੈਕਸਟ ਸਲਾਈਡ 'ਚ ਆਪਾਂ ਪਹਿਲਾਂ ਇਹਨਾਂ ਨੂੰ ਬਰੀਫਲੀ ਸਮਝ ਲਈ। ਬਾਇਓਲੋਜੀਕਲ ਵੈਲਿਊ ਦਾ ਮਤਲਬ ਹੈ ਕਿ ਕਿੰਨਾ ਪ੍ਰੋਟੀਨ ਸੀ ਖਾਧਾ, ਉਹਦੇ 'ਚੋਂ ਕਿੰਨਾ ਵੇਸਟ ਹੋਇਆ ਅਤੇ ਕਿੰਨਾ ਅਬਜ਼ੋਰਬ ਹੋਇਆ। ਥੱਲੇ ਤੁਸੀਂ ਇੱਕ ਟੇਬਲ ਦੇਖ ਰਹੇ ਹੋ ਜਿਹਦਾ ਇੱਥੋਂ ਨੰਬਰ ਸ਼ੁਰੂ ਹੋ ਰਹੇ ਆ, ਠੀਕ ਹੈ, ਨੀਚੇ ਤੱਕ। ਜਿੰਨਾ ਜ਼ਿਆਦਾ ਸਕੋਰ ਹੋਏਗਾ ਕਿਸੇ ਫੂਡ ਦਾ, ਇਹਦਾ ਮਤਲਬ ਉਹ ਓਨਾ ਹੀ ਜ਼ਿਆਦਾ ਅਬਜ਼ੋਰਬ ਹੁੰਦਾ ਸਾਡੀ ਬੋਡੀ 'ਚ। ਪੂਰਾ ਫੂਡ ਨਹੀਂ, ਆਪਾਂ ਇਕੱਲੇ ਪ੍ਰੋਟੀਨ ਦੀ ਗੱਲ ਕਰ ਰਹੇ ਹਾਂ। ਸੋ ਇੱਕ ਐਗਜ਼ਾਮਪਲ, ਅਗਰ ਕਿਸੇ ਚੀਜ਼ 'ਚੋਂ ਮੈਂ 10 ਗ੍ਰਾਮ ਪ੍ਰੋਟੀਨ ਖਾਧਾ, ਅਗਰ ਉਹਦਾ ਬਾਇਓਲੋਜੀਕਲ ਸਕੋਰ 100 ਆ ਤੇ 10 ਦਾ 10 ਗ੍ਰਾਮ ਮੈਨੂੰ ਅਬਜ਼ੋਰਬ ਹੋ ਜਾਣਾ, ਪਰ ਅਗਰ ਉਹਦਾ ਬਾਇਓਲੋਜੀਕਲ ਸਕੋਰ ਜਿਹੜਾ 50 ਹੈ ਤਾਂ ਫਿਰ ਮੈਨੂੰ ਉਸ 10 ਵਿੱਚੋਂ ਸਿਰਫ 50% ਅਬਜ਼ੋਰਬ ਹੋਏਗਾ, ਯਾਨੀ 5 ਗ੍ਰਾਮ। ਖਾਧਾ ਕਿੰਨਾ, ਉੱਚੀ ਬੋਲੋ ਯਾਰ, ਕੀ ਹੋ ਗਿਆ, ਸੋ ਗਿਆ? ਖਾਧਾ ਕਿੰਨਾ, 10 ਗ੍ਰਾਮ ਖਾਧਾ, ਬਟ ਉਹਦਾ ਸਕੋਰ 50 ਸੀ, ਸੋ ਦੈਟ ਇਜ਼ ਵਾਈ ਸਾਨੂੰ ਕਿੰਨਾ ਮਿਲਿਆ, 5 ਗ੍ਰਾਮ, ਉਹਦਾ 50%। ਸੋ ਮੈਂ ਆਪਣੇ ਵੱਲੋਂ ਸੋਚ ਕੇ ਖਾਧਾ ਕਿ ਲੈ ਵੀ 10 ਗ੍ਰਾਮ ਪ੍ਰੋਟੀਨ ਖਾ ਲਿਆ, ਮੈਂ ਨੋਟ ਕਰ ਲਿਆ ਆਪਣੀ ਡੈਰੀ 'ਚ, ਅੱਜ ਦਾ 10 ਗ੍ਰਾਮ ਹੋ ਗਿਆ, ਬਟ ਮਿਲਿਆ ਕਿੰਨਾ, ਮਿਲਿਆ 5। ਠੀਕ ਹੈ, ਅੱਛਾ, ਸੋ ਇਸੇ ਤਰ੍ਹਾਂ ਬਾਇਓਲੋਜੀਕਲ ਵੈਲਿਊ ਦੇ ਵਿੱਚ ਵੇ ਪ੍ਰੋਟੀਨ ਆਈਸੋਲੇਟ ਜਾਂ ਅਦਰ ਪ੍ਰੋਟੀਨ ਕੰਸਨਟ੍ਰੇਟ ਐਂਡ ਆਈਸੋਲੇਟਸ ਦਾ ਜਿਹੜਾ ਆ ਉਹ ਦੇ ਆਰ ਟੌਪ ਸਕੋਰਿੰਗ ਵਿਦ 100 ਔਰ 100 ਪਲੱਸ। ਠੀਕ ਹੈ, 100 ਪਲੱਸ ਵੀ ਤੁਸੀਂ ਸੋਚਦੇ ਹੋਗੇ ਵੀ 10 ਗ੍ਰਾਮ ਖਾਧਾ, ਇਸ ਤੋਂ ਉੱਪਰ ਕਿੱਦਾਂ ਹੋਜੂ। ਐਕਚੁਅਲ 'ਚ ਨਾ ਸਮਟਾਈਮਸ ਕੀ ਹੁੰਦਾ, ਕੁਛ ਪ੍ਰੋਟੀਨ ਸੋਰਸਿਸ ਇੰਨੇ ਅੱਛੇ ਹੁੰਦੇ ਆ ਕਿ ਉਹ ਬਾਕੀ ਵੀ ਤੁਹਾਡੇ ਜਿਹੜੇ ਸੈੱਲਸ ਆ ਨਾ ਉਹਨਾਂ ਦੇ ਵਿੱਚ ਵੀ ਅਮਾਈਨੋ ਐਸਿਡਸ ਦਾ ਲੈਵਲ ਵਧਾ ਦਿੰਦੇ ਆ। ਖਾਧਾ ਇੰਨਾ ਨਹੀਂ ਸੀ, ਬਟ ਉਹ ਕਿਉਂਕਿ ਉਹਦਾ ਇਫੈਕਟ ਇੰਨਾ ਅੱਛਾ ਸੀ, ਸਾਡੀ ਬਾਕੀ ਬੋਡੀ ਮਸ਼ੀਨਰੀ ਜਿਹੜੀ ਆ ਉਹ ਹਾਈਪਰ ਐਕਟਿਵ ਹੋ ਕੇ ਚੱਲਣ ਲੱਗ ਗਈ, ਬੋਡੀ 'ਚ ਪ੍ਰੋਟੀਨ ਦੀ ਅਵੇਲੇਬਿਲਿਟੀ ਵੱਧ ਗਈ, ਉਹ ਦੈਟ ਇਜ਼ ਵਾਈ ਤੁਹਾਨੂੰ 100 ਤੋਂ ਉੱਪਰ ਆ ਰਿਹਾ ਆ। ਠੀਕ ਹੈ, ਬਟ ਇਹ ਬਾਇਓਲੋਜੀਕਲ ਵੈਲਿਊ ਦੀ ਇੱਕ ਸ਼ਾਰਟ ਕਮਿੰਗ ਵੀ ਸੀਗੀ, ਇਸੇ ਕਰਕੇ ਸਾਨੂੰ ਨਵੇਂ ਸਿਸਟਮ ਡਿਵੈਲਪ ਕਰਨੇ ਪਏ। ਸੋ ਹੋਲ ਐਗ ਦਾ 100 ਆ, ਕਾਓ ਮਿਲਕ ਦਾ 91 ਆ, ਐਗ ਵਾਈਟ ਦਾ 88 ਆ, ਫਿਸ਼ ਚਿਕਨ ਦਾ 80 ਦੇ ਅਰਾਊਂਡ ਆ, ਸੋਇਆ ਐਂਡ ਰਾਈਸ ਜਿਹੜਾ ਆ ਇਹ 50 ਦੇ ਅਰਾਊਂਡ ਆ, ਸੋਇਆ ਦਾ ਆਈ ਥਿੰਕ ਸੋਰੀ ਦੈਟਸ ਅ ਮਿਸਟੇਕ, ਸੋਇਆ ਦਾ ਜਿਹੜਾ ਆ ਨਾ ਇਟ ਇਜ਼ 74, ਰਾਈਸ ਦਾ 50, ਉਹ ਉੱਪਰ ਨੀਚੇ ਲਿਖਿਆ ਗਿਆ। ਠੀਕ ਹੈ, ਸੋਇਆ ਦਾ ਬਾਇਓਲੋਜੀਕਲ ਸਕੋਰ 74 ਆ, ਰਾਈਸ ਦਾ 50 ਆ। ਠੀਕ ਹੈ, ਐਂਡ ਲਾਸਟ ਆ ਜਾਂਦਾ ਬੀਨਸ ਐਂਡ ਪੀਨਟਸ, ਇਹਨਾਂ ਦਾ ਬਾਇਓਲੋਜੀਕਲ ਸਕੋਰ ਜਿਹੜਾ ਇਨ ਦੇਅਰ 40s ਆ। ਪੀਨਟ ਦਾ ਸਕੋਰ 40 'ਚ ਆ ਰਿਹਾ ਹੈ, ਪ੍ਰੋਟੀਨ ਲਈ ਪੀਨਟ ਬਟਰ ਕੌਣ ਕੌਣ ਖਰੀਦ ਕੇ ਖਾ ਚੁੱਕਾ? ਕਰ ਲਓ, ਕੋਈ ਨਹੀਂ ਯਾਰ, ਮੈਂ ਵੀ ਹੱਥ ਖੜਾ ਕਰਨਾ, ਮੈਂ ਵੀ ਖਾਧਾ ਆ, ਮੈਂ ਵੀ ਪ੍ਰੋਟੀਨ ਲਈ ਪੀਨਟ ਬਟਰ ਖਾਧਾ ਹੈ, ਬਟ ਹੁਣ ਮੈਨੂੰ ਸਮਝ ਆ ਰਿਹਾ ਆ ਕਿ ਨਹੀਂ, ਉਹਦਾ ਪ੍ਰੋਟੀਨ ਇੰਨੀ ਅੱਛੀ ਕੁਆਲਿਟੀ ਦਾ ਨਹੀਂ ਸੀਗਾ, ਸੋ ਮੈਂ ਪ੍ਰੋਟੀਨ ਲਈ ਹੁਣ ਕਦੀ ਪੀਨਟ ਬਟਰ ਅੱਗੇ ਨਹੀਂ ਖਾਊਂਗਾ। ਹਾਂ, ਅਗਰ ਟੋਟਲ ਪੈਕੇਜ ਹੈਲਦੀ ਫੈਟਸ, ਕਾਰਬੋਹਾਈਡਰੇਟਸ, ਅਗਰ ਥੋੜ੍ਹਾ ਬਹੁਤ ਉਹ 'ਚ ਪ੍ਰੋਟੀਨ ਵੀ ਨਾਲ ਆ ਜਾਂਦਾ ਆ, ਫੋਰ ਦੈਟ ਬੈਨੀਫਿਟ ਮੈਂ ਪ੍ਰੋਟੀਨ ਦੇ ਵਿੱਚ ਆਪਣੇ ਜਿਹੜਾ ਕਿਸੇ ਸ਼ੇਕ ਦੇ ਵਿੱਚ ਜਾਂ ਬ੍ਰੈਡ ਦੇ ਨਾਲ ਪੀਨਟ ਬਟਰ ਜਾਂ ਉੱਦਾਂ ਪੀਨਟਸ ਜ਼ਰੂਰ ਖਾ ਲੂੰਗਾ।
ਠੀਕ ਹੈ, ਲੇਕਿਨ ਸੋਲੀ ਪ੍ਰੋਟੀਨ ਵਾਸਤੇ ਮੈਂ ਕਦੀ ਪੀਨਟ ਬਟਰ ਨਹੀਂ ਬਾਏ ਕਰੂੰਗਾ ਅੱਜ ਤੋਂ ਬਾਅਦ। ਆਈ ਐਮ ਗੋਇੰਗ ਟੂ ਮੇਕ ਮਚ ਮੋਰ ਐਜੂਕੇਟਡ ਚੋਇਸਿਸ। ਠੀਕ ਹੈ, ਨੈਕਸਟ ਸਲਾਈਡ। ਸੈਕਿੰਡ ਸਿਸਟਮ ਆ ਗਿਆ ਪੀਡੀਕਾਸਟ। ਪੀਡੀਕਾਸਟ ਅਸੀਂ ਕੀ ਕਰਦੇ ਹਾਂ, ਅਸੀਂ ਪ੍ਰੋਟੀਨ ਦੀ ਅਮਾਈਨੋ ਐਸਿਡ ਲੈਵਲ ਤੇ ਪ੍ਰੋਟੀਨ ਦੀ ਡਾਈਜੈਸਟੀਬਿਲਿਟੀ ਦੇਖਦੇ। ਹੁਣ 20 ਅਮਾਈਨੋ ਐਸਿਡ ਸੀ, 20 ਤੋਂ 22 ਅਮਾਈਨੋ ਐਸਿਡ। ਠੀਕ ਹੈ, ਅਸੀਂ ਇਕੱਲੇ ਇਕੱਲੇ ਅਮਾਈਨੋ ਐਸਿਡ ਦੀ ਡਾਈਜੈਸਟੀਬਿਲਿਟੀ ਦੇਖੀ ਕਿ ਕਿਹੜੇ ਫੂਡ ਚ ਕਿਹੜੇ ਅਮਾਈਨੋ ਐਸਿਡ ਜ਼ਿਆਦਾ ਬੈਟਰ ਤਰੀਕੇ ਨਾਲ ਡਾਈਜੈਸਟ ਹੋ ਰਹੇ ਆ। ਦੈਨ ਆਪਾਂ ਇੱਕ ਸਕੋਰਿੰਗ ਬਣਾਈ, ਉਸ ਸਕੋਰਿੰਗ ਦੇ ਹਿਸਾਬ ਨਾਲ ਅਗਰ ਦੇਖਿਆ ਜਾਏ 1 ਯਾਨੀ ਕਿ ਹਾਈਐਸਟ ਆ, 1 ਤੋਂ ਨੀਚੇ ਜਿੰਨਾ ਸਕੋਰ ਆ ਯਾਨੀ ਕਿ ਉਨਾ ਘੱਟ ਐਫੀਸ਼ੀਐਂਟ ਪ੍ਰੋਟੀਨ। ਠੀਕ ਹੈ, ਸੋ ਸਭ ਤੋਂ ਟੌਪ ਤੇ ਕੀ ਆ ਗਿਆ, ਅਗੇਨ ਐਗਸ, ਕਾਓ ਮਿਲਕ, ਕੈਸੀਨ, ਵੇ ਐਂਡ ਸੋਇਆ ਪ੍ਰੋਟੀਨ। ਹੁਣ ਇੱਥੇ ਸੋਇਆ ਪ੍ਰੋਟੀਨ ਸਪਲੀਮੈਂਟ ਦੀ ਗੱਲ ਹੋ ਰਹੀ ਆ, ਇੱਥੇ ਟੋਫੂ ਜਾਂ ਸੋਇਆ ਦਾਲ ਦੀ ਗੱਲ ਨਹੀਂ ਹੋ ਰਹੀ ਜਾਂ ਸੋਇਆ ਚੰਕਸ ਨਿਊਟਰੀ ਦੀ ਗੱਲ ਨਹੀਂ ਹੋ ਰਹੀ, ਸੋਇਆ ਪ੍ਰੋਟੀਨ ਪਾਊਡਰ ਦੀ ਗੱਲ ਹੋ ਰਹੀ ਹੈ। ਠੀਕ ਹੈ, ਸੋ ਦੀਜ਼ ਆਰ ਦਾ ਟੌਪ ਸਕੋਰਰਸ। ਉਸ ਤੋਂ ਨੀਚੇ ਆ ਜਾਂਦਾ ਸਾਡਾ ਚਿਕਨ ਬੀਫ, ਉਸ ਤੋਂ ਨੀਚੇ ਆ ਜਾਂਦਾ ਹੋਲ ਸੋਇਆ। ਹੁਣ ਇਹਦੇ 'ਚ ਸੋਇਆ ਦੀ ਸਕੋਰਿੰਗ ਅੱਛੀ ਆ ਪਿਛਲੀ ਵਾਰ ਨਾਲ, ਹੈਨਾ, ਬਾਇਓਲੋਜੀਕਲ ਵੈਲਿਊ ਦੇ ਵਿੱਚ ਤਾਂ ਸੋਇਆ ਥੋੜ੍ਹਾ ਮਿਡ 'ਚ ਆ ਰਿਹਾ ਸੀ, ਲੇਕਿਨ ਇਸ ਵਾਰ ਟੌਪ 'ਚ ਆ ਰਿਹਾ, ਸੋ ਦੈਟ ਇਜ਼ ਅ ਗੁੱਡ ਥਿੰਗ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਚਿਕ ਪੀਸ, ਵਾਈਟ ਚਨੇ। ਵਾਈਟ ਚਨੇ ਦੀ ਸਕੋਰਿੰਗ ਵੀ ਜਿਹੜੀ ਆ ਇਸ ਅਕੋਰਡਿੰਗਲੀ ਚੰਗਾ ਆ, ਲੇਕਿਨ ਹਾਂਜੀ ਅੱਛੀ ਕੁਆਲਿਟੀ ਆ, ਇਟ ਇਜ਼ ਗੁੱਡ। ਜਿੰਨਾ ਕੁ ਤੁਸੀਂ ਇੱਕ ਪੈਕ ਚ ਸੋਇਆ ਪ੍ਰੋਟੀਨ ਲਿਆ ਉਹ ਗੁੱਡ ਕੁਆਲਿਟੀ ਦਾ ਸੀ, ਤੁਹਾਨੂੰ ਅੱਛਾ ਡਾਈਜੈਸਟ ਹੋਏਗਾ। ਠੀਕ ਹੈ, ਸੋ ਹੁਣ ਇੱਥੇ ਚਿਕ ਪੀਸ ਜਿਹੜੇ ਵਾਈਟ ਚਨੇ ਆ ਉਹਨਾਂ ਦੀ ਸਕੋਰਿੰਗ ਆਈ ਆ 0.78, ਕਾਫੀ ਅੱਛੀ ਸਕੋਰਿੰਗ ਆ, ਪਰ ਮੈਂ ਫਿਰ ਵੀ ਉਹਨੂੰ ਟਾਇਰ 2 ਦੇ ਵਿੱਚ ਰੱਖਿਆ ਸੀ। ਕਿਉਂ? ਕਿਉਂਕਿ 100 ਗ੍ਰਾਮ ਚ ਮਿਲਣਾ ਹੀ 22 ਗ੍ਰਾਮ ਆ, ਦੈਟ ਇਜ਼ ਵਾਈ ਟਾਇਰ 2 ਚ ਰੱਖਿਆ ਸੀ। ਠੀਕ ਹੈ, ਸੋ ਡਾਈਜੈਸਟੀਬਿਲਿਟੀ ਅੱਛੀ ਆ ਪਰ ਵੇਟ ਬਾਈ ਵੇਟ ਘੱਟ ਸੀ, ਇਸ ਕਰਕੇ ਚਿਕ ਪੀਸ ਜਿਹੜੇ ਆ ਉਹ ਟਾਇਰ 2 ਚ ਹੀ ਗਿਣੇ ਜਾਣਗੇ। ਇਸ ਤੋਂ ਇਲਾਵਾ ਫਿਰ ਆ ਗਏ ਸਾਡੇ ਬਲੈਕ ਬੀਨਸ ਆ ਗਏ। ਠੀਕ ਹੈ, ਥੋੜਾ ਜਿਹਾ ਇਧਰੋਂ ਦੇਖ ਲੈਂਦੇ ਬਲਰ ਆ। ਠੀਕ ਹੈ, ਸੋ ਸਿਮਿਲਰਲੀ ਲੈਗਿਊਮਸ ਐਂਡ ਪੀਸ, ਮਟਰ ਹੋ ਗਏ ਜਾਂ ਸਾਡੀਆਂ ਹੋਰ ਦਾਲਾਂ ਹੋ ਗਈਆਂ, ਇਹਨਾਂ ਦੀ ਸਕੋਰਿੰਗ ਹੈਗੀ ਆ 0.70। ਠੀਕ ਹੈ, ਸਕੋਰਿੰਗ ਬਾਇਓਲੋਜੀਕਲ ਵੈਲਿਊ 'ਚ ਤਾਂ ਇਹ ਵਿਚਾਰੇ ਕਾਫੀ ਨੀਚੇ ਗਿਰ ਗਏ ਸੀ, ਬਟ ਜਿਹੜਾ ਨਵਾਂ ਰਿਵਾਈਵ ਸਿਸਟਮ ਸੀ ਉਹਦੇ ਹਿਸਾਬ ਨਾਲ ਠੀਕ ਆ, ਬਟ ਅਗੇਨ ਪ੍ਰੋਬਲਮ ਉਹੀ ਆ 100 ਗ੍ਰਾਮ 'ਚੋਂ ਮਿਲਦਾ ਥੋੜ੍ਹਾ ਆ। ਠੀਕ ਹੈ, 100 ਗ੍ਰਾਮ ਚਨੇ ਖਾਧੇ ਕਦੀ ਕਿਸੇ ਨੇ ਇੱਕ ਟਾਈਮ 'ਤੇ? ਨਹੀਂ ਖਾਧੇ। ਕਿੰਨੇ ਖਾਂਦੇ ਹਾਂ ਆਪਾਂ? 30-40 ਗ੍ਰਾਮ। ਹੁਣ ਹਾਂਜੀ, ਹਾਂ, ਵਨ ਬਾਊਲ ਹੈਨਾ, 30-40 ਗ੍ਰਾਮ, 30-40 ਗ੍ਰਾਮ ਚਨੇ ਤੁਸੀਂ ਖਾਧੇ, ਉਸ 30-40 ਗ੍ਰਾਮ 'ਚੋਂ ਜਿਹੜਾ ਤੁਹਾਨੂੰ ਪ੍ਰੋਟੀਨ ਮਿਲਿਆ ਉਹਦਾ ਸਕੋਰ ਵੀ ਜਿਹੜਾ 0.7 ਦੇ ਆਸ ਪਾਸ ਆ। ਠੀਕ ਹੈ, ਸੋ ਇੱਕ ਤਾਂ ਸਾਨੂੰ ਵੇਟ ਦੇ ਹਿਸਾਬ ਨਾਲ ਮਿਲ ਘੱਟ ਰਿਹਾ, ਦੂਸਰਾ ਵੇਸਟੇਜ ਵੀ ਹੋ ਰਹੀ ਹੈ 30% ਦੀ, 30+% ਦੀ। ਠੀਕ ਹੈ, ਦੈਟ ਇਜ਼ ਵਾਈ ਦੇ ਆਰ ਅਗੇਨ ਇਨ ਟਾਇਰ 2। ਐਂਡ ਲਾਸਟ ਵਿੱਚ ਟਾਇਰ 3 ਦੇ ਵਿੱਚ ਕੀ ਆ ਜਾਂਦੇ? ਅਗੇਨ ਸਾਡਾ ਰਾਈਸ ਐਂਡ ਵੀਟ, ਇਹ ਟਾਇਰ 3 'ਚ ਆ ਜਾਂਦੇ ਆ ਇੱਥੇ। ਠੀਕ ਹੈ, ਨੈਕਸਟ ਸਲਾਈਡ। ਪੀਡੀਕਾਸਟ 'ਚ ਕੋਈ ਸ਼ਾਰਟ ਕਮਿੰਗ ਸੀਗੀਆਂ, ਪ੍ਰੋਟੀਨ ਡਾਈਜੈਸਟੀਬਿਲਿਟੀ ਨੂੰ ਕਾਊਂਟ ਕਰਨ 'ਚ ਥੋੜ੍ਹਾ ਜਿਹਾ ਇਸ਼ੂ ਆ ਰਿਹਾ ਸੀ, ਸੋ ਦਾ ਸਾਇੰਟਿਸਟ ਡਿਵੈਲਪਡ ਅਨਦਰ ਸਿਸਟਮ ਦੈਟ ਇਜ਼ ਕਾਲਡ ਡੀਆਰ। ਠੀਕ ਹੈ, ਇਹਦੇ ਵਿੱਚ ਵੀ ਅਸੀਂ ਇੰਡਿਸਪੈਂਸੀਬਲ ਦਾ ਮਤਲਬ ਆ ਜੋ ਐਕਚੁਅਲ 'ਚ ਯੂਟੀਲਾਈਜ਼ ਹੋ ਰਿਹਾ ਬਾਏ ਯੋਰ ਬੋਡੀ। ਹੁਣ ਪਿਛਲੇ ਸਿਸਟਮ 'ਚ ਗਲਤੀ ਕੀ ਸੀ? ਅੱਛਾ, ਸਾਨੂੰ ਸਾਰਿਆਂ ਨੂੰ ਪਤਾ ਸਾਡੇ ਪੇਟ ਦੇ ਇੰਟਸਟਾਈਨ ਦੇ ਵਿੱਚ ਹੈਲਦੀ ਬੈਕਟੀਰੀਆ ਆ, ਅਗਰ ਮੈਂ ਕੁਛ ਖਾਊਂਗਾ ਤਾਂ ਕੀ ਉਹ ਹੈਲਦੀ ਬੈਕਟੀਰੀਆ ਉਹਦੇ 'ਚੋਂ ਠੂੰਗਾ ਨਹੀਂ ਮਾਰਨਗੇ, ਜਿੱਦਾਂ ਆਪਾਂ ਆਪਣੇ ਛੋਟੇ ਭੈਣ ਭਰਾ ਦੀ ਪਲੇਟ 'ਚੋਂ ਮਾਰਦੇ ਹਾਂ? ਮਾਰਨਗੇ ਨਾ, ਮੰਮੀ ਨੇ ਕਹਿਣਾ 2 ਰੋਟੀਆਂ ਖਾ ਲਈਆਂ,
ਉਹਨੂੰ ਵਿਚਾਰੇ ਨੂੰ ਪਤਾ ਵੀ ਅੱਧੀ ਪੌਣੀ ਤਾਂ ਇਹੀ ਖਾ ਗਿਆ, ਠੀਕ ਹੈ, ਬਟ ਮੰਮੀ ਦੀ ਨਜ਼ਰ 'ਚ ਦੋ। ਸੋ ਸਿਮਿਲਰਲੀ ਮੈਂ ਪੂਰਾ ਪ੍ਰੋਟੀਨ ਖਾਧਾ ਇੰਨੇ 100 ਐਂਡ 100 ਗ੍ਰਾਮ, ਬਟ ਕੁਛ ਬੈਕਟੀਰੀਆ ਜੋ ਮੇਰੇ ਗੁੱਡ ਹੈਲਦੀ ਬੈਕਟੀਰੀਆ ਪੇਟ 'ਚ, ਕੁਛ ਪ੍ਰੋਟੀਨ ਉਹ ਖਾ ਗਏ, ਮੈਂ ਪੂਰਾ ਗਿਣ ਲਿਆ, ਉਹ ਥੋੜ੍ਹਾ ਜਿਹਾ ਖਾ। ਸੋ ਉਸ ਚੀਜ਼ ਨੂੰ ਕਵਰ ਕਰਨ ਲਈ ਅਸੀਂ ਦੁਬਾਰਾ ਸਾਇੰਟਿਸਟ ਨੇ ਡੀਆਰ ਸਿਸਟਮ ਬਣਾਇਆ, ਵੀ ਯਾਰ ਜਿਹੜੇ ਗੱਟ ਬੈਕਟੀਰੀਆ ਆ ਉਹਨਾਂ ਨੇ ਜਿੰਨਾ ਖਾਧਾ ਉਹ ਨਹੀਂ ਅਸੀਂ ਗਿਣਨਾ, ਜੋ ਸਾਡੀ ਬੋਡੀ ਨੂੰ ਲੱਗਾ ਸਿਰਫ ਉਹ ਹੀ ਅਸੀਂ ਗਿਣਾਂਗੇ। ਸੋ ਦੁਬਾਰਾ ਇੱਕ ਰਿਵਾਈਜ਼ਡ ਬਣਾਇਆ ਗਿਆ, ਇਹਦੇ ਵਿੱਚ ਵੀ ਅਗੇਨ ਜਿੰਨਾ ਹਾਈ ਸਕੋਰਿੰਗ ਹੋਏਗਾ ਦੈਟ ਮੀਨਸ ਉਹ ਪ੍ਰੋਟੀਨ ਉਨਾ ਹੀ ਅੱਛੀ ਕੁਆਲਿਟੀ ਦਾ। ਸੋ ਹੂ ਇਜ਼ ਦਾ ਟੌਪ ਅਮੰਗ ਹੇਅਰ? ਅਗੇਨ ਵੇ ਪ੍ਰੋਟੀਨ, ਮਿਲਕ ਪ੍ਰੋਟੀਨ ਕੰਸਨਟ੍ਰੇਟਸ, ਅਦਰ ਪ੍ਰੋਟੀਨ ਆਈਸੋਲੇਟਸ, ਐਗ, ਬੀਫ, ਪੋਰਕ, ਇਹ ਸਾਰੀ ਚੀਜ਼ਾਂ ਫਿਰ ਟੌਪ ਕਰ ਰਹੀਆਂ ਨੇ। ਕਿਸੇ ਨੂੰ ਇੱਥੇ ਨੂੰ ਬੈਠੇ ਨੂੰ ਇੱਦਾਂ ਤਾਂ ਨਹੀਂ ਲੱਗ ਰਿਹਾ ਕਿ ਮੈਂ ਬਹੁਤ ਜ਼ਿਆਦਾ ਨੌਨ ਵੈਜ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ? ਕੋਈ ਵੈਜੀਟੇਰੀਅਨ ਜਾਂ ਵੀਗਨ ਤਾਂ ਨਹੀਂ ਬੈਠਾ? ਲੜਨਾ ਪਿਓ ਭਰਾਵਾ ਬਾਹਰ ਜਾ ਕੇ ਮੇਰੇ ਨਾਲ, ਮੇਰੀ ਗਲਤੀ ਨਹੀਂ ਹੈ, ਜੋ ਸਾਇੰਸ ਨੇ ਦੱਸਿਆ, ਜੋ ਪ੍ਰੂਫ ਕੀਤਾ, ਜੋ ਨਿਊਟ੍ਰੀਸ਼ਨ ਕਹਿੰਦਾ ਆ, ਮੈਂ ਤੁਹਾਨੂੰ ਉਹੀ ਚੀਜ਼ ਦੱਸ ਰਿਹਾ, ਠੀਕ ਹੈ। ਸੋ ਅਗੇਨ ਇੱਥੇ ਟੌਪ ਦੇ ਵਿੱਚ ਜਿਹੜਾ ਆ ਨੌਨ ਵੈਜ ਐਂਡ ਪ੍ਰੋਟੀਨ ਆਈਸੋਲੇਟਸ ਆ ਗਏ, ਫਿਸ਼, ਚਿਕਨ ਬ੍ਰੈਸਟ ਐਂਡ ਐਗ ਆ ਗਿਆ, ਲੇਕਿਨ ਇਹਦੇ 'ਚ ਕਿਹੜੇ ਹੀਰੋ ਐਂਟਰੀ ਮਾਰੀ? ਇੱਥੇ ਪੋਟੈਟੋ ਨੇ। ਪੋਟੈਟੋ ਦੇ ਵਿੱਚ ਜਿੰਨਾ ਕੁ ਵੀ ਪ੍ਰੋਟੀਨ ਹੈ ਵੈਰੀ ਹਾਈ ਕੁਆਲਿਟੀ, ਬਟ ਵੇਟ ਬਾਈ ਵੇਟ ਕਿੰਨਾ ਆ? ਘੱਟ ਹੈ, ਬਟ ਪ੍ਰੋਟੀਨ ਬੜਾ ਅੱਛਾ ਹੈ। ਓਕੇ, ਸੋ ਇਹਦੇ ਹੀਰੋ ਐਂਟਰੀ ਤਾਂ ਮਾਰੀ ਹੈ, ਬਟ ਸਾਨੂੰ ਪਤਾ ਆ ਵੀ ਇਹ ਹੀਰੋ ਏਡਾ ਜ਼ਬਰਦਸਤ ਨਹੀਂ ਹੈਗਾ, ਠੀਕ ਹੈ, ਇਹ ਉਹ ਮਿਡ ਰੇਂਜ ਵਾਲੀਆਂ ਫਿਲਮਾਂ ਦਾ ਹੀਰੋ ਆ, ਇੰਡੀ ਫਿਲਮਾਂ ਦਾ ਹੀਰੋ ਆ, ਠੀਕ ਹੈ। ਸੋ ਨੈਕਸਟ ਆ ਜਾਂਦਾ ਟੋਫੂ ਐਂਡ ਸੋਇਆ ਬੀਨਸ, ਅੱਛਾ ਹੈ ਇਹਦਾ ਸਕੋਰ 90 to 99, ਯੈਸ 0.96 ਤੋਂ ਲੈ ਕੇ 0.99 ਤੱਕ ਸਕੋਰਿੰਗ ਆ। ਸੋ ਅਗੇਨ ਪ੍ਰੋਟੀਨ ਡਾਈਜੈਸਟੀਬਿਲਿਟੀ ਐਂਡ ਅਬਜ਼ੋਰਪਸ਼ਨ, ਹੁਣ ਆਪਾਂ ਇੱਥੇ ਅਬਜ਼ੋਰਪਸ਼ਨ ਵੀ ਦੇਖਣ ਲੱਗ ਗਏ, ਬਾਇਓਲੋਜੀਕਲ ਵੈਲਿਊ 'ਚ ਅਸੀਂ ਅਬਜ਼ੋਰਪਸ਼ਨ ਨਹੀਂ ਸੀ ਦੇਖਦੇ ਪਏ, ਉਹ 'ਚ ਸਿਰਫ ਡਾਈਜੈਸ਼ਨ ਦੇਖ ਰਹੇ ਸੀ, ਹੁਣ ਡਾਈਜੈਸ਼ਨ ਪਲੱਸ ਹਿਊਮਨ ਅਬਜ਼ੋਰਪਸ਼ਨ ਵੀ ਦੇਖਣ ਲੱਗ ਪਏ। ਸੋ ਇੱਥੇ ਟੋਫੂ ਐਂਡ ਸੋਇਆਬੀਨ ਜਿਹੜੇ ਆ ਉਹ ਅੱਛਾ ਐਕਸੈਲ ਕਰ ਰਹੇ ਆ। ਸੋ ਜਿੰਨੇ ਵੈਜੀਟੇਰੀਅਨ ਐਂਡ ਵੀਗਨਸ ਆ ਉਹ ਇਸ ਚੀਜ਼ ਨੂੰ ਥੋੜ੍ਹਾ ਜਿਹਾ ਨੋਟ ਕਰਕੇ ਰੱਖਣ ਕਿ ਅਗਰ ਤੁਸੀਂ ਸ਼ਿਪ ਜੰਪ ਨਹੀਂ ਕਰਨਾ ਚਾਹੁੰਦੇ, ਅਗਰ ਤੁਸੀਂ ਐਗ ਚਿਕਨ ਨਹੀਂ ਖਾਣਾ ਚਾਹੁੰਦੇ, ਤੁਹਾਡੇ ਵਾਸਤੇ ਟੌਪ ਸੋਰਸਸ ਜਿਹੜੇ ਪ੍ਰੋਟੀਨ ਆਈਸੋਲੇਟਸ ਐਂਡ ਟੋਫੂ ਇੱਕ ਅੱਛਾ ਪ੍ਰੋਟੀਨ ਸੋਰਸ ਆ ਐਂਡ ਮਿਲਕ ਪ੍ਰੋਡਕਟ ਸੋਰਸ, ਠੀਕ ਹੈ। ਸੋ ਵੈਜੀਟੇਰੀਅਨਸ ਨੂੰ ਇਹਨਾਂ ਤਿੰਨ ਚੀਜ਼ਾਂ ਦਾ ਜਿਹੜਾ ਹੈ ਨਾ ਫੈਨ ਹੋ ਜਾਣਾ ਚਾਹੀਦਾ, ਠੀਕ ਹੈ। ਸੋ ਨੈਕਸਟ ਕਮਸ ਇਜ਼ ਚਿਕ ਪੀਸ, ਅਗੇਨ ਥੋੜ੍ਹਾ ਨੀਚੇ ਆ ਰਹੇ ਆ, ਇਹ ਸਕੋਰਿੰਗ ਦੇ ਉੱਤੇ ਅੱਛੇ ਆ ਲੇਕਿਨ ਵੇਟ ਬਾਈ ਵੇਟ ਘੱਟ ਆ, ਬਾਕੀ ਸਾਰੀ ਸਿਮਿਲਰ ਸਟੋਰੀ ਆ। ਵੈਜੀਟੇਬਲਸ, ਫਰੂਟ, ਸੀਰੀਅਲਸ, ਆਲਮੰਡਸ, ਨਟ ਸੀਡਸ, ਉਹ ਸਾਰੇ ਲੋਅਰ ਟਾਇਰ ਦੇ ਵਿੱਚ ਹੀ ਆ ਰਹੇ ਆ, ਕਿਉਂ? ਕਿਉਂਕਿ ਇੰਨੀ ਕੋਈ ਅੱਛੀ ਕੁਆਲਿਟੀ ਦਾ ਪ੍ਰੋਟੀਨ। ਆਈ ਹੈਵ ਸੀਨ ਡਾਕਟਰਸ, ਇੱਕ ਮਿੰਟ ਲਾਈਟ ਆਨ, ਆਈ ਹੈਵ ਸੀਨ ਡਾਕਟਰਸ ਮੇਰੇ ਨਾਲ ਹੋਸਪਿਟਲ 'ਚ ਕੰਮ ਕਰਦੇ, ਕੋਲੀ ਟਿਫਨ ਖੋਲ ਕੇ ਨਟਸ ਐਂਡ ਸੀਡਸ ਖਾ ਰਹੇ ਆ, ਗੁੱਡ, ਚੰਗੀ ਗੱਲ, ਬਟ ਉਹ ਕੀ ਕਹਿ ਰਹੇ ਆ? ਦਿਸ ਇਜ਼ ਫੋਰ ਮਾਈ ਪ੍ਰੋਟੀਨ। ਸੋ ਇਹ ਨਾ ਸੋਚਿਓ ਕਿ ਡਾਕਟਰਸ ਨੂੰ ਨਿਊਟ੍ਰੀਸ਼ਨ ਬਾਰੇ ਬੜੀ ਅੱਛੀ ਨੌਲੇਜ ਆ। ਪਲੀਜ਼, ਆਈ ਵੁੱਡ ਲਾਈਕ ਟੂ ਸੁਜੈਸਟ, ਇਹ ਚੀਜ਼ ਆਪਣੇ ਮਾਇੰਡ 'ਚੋਂ ਆਪਾਂ ਅੱਜ ਕੱਢ ਦਈਏ ਕਿ ਡਾਕਟਰਸ ਤੋਂ ਸਾਨੂੰ ਆਪਣੇ ਨਿਊਟ੍ਰੀਸ਼ਨ ਦੀ ਰਾਏ ਲੈਣੀ ਚਾਹੀਦੀ ਹੈ। ਨੋ, ਤੁਸੀਂ ਅੱਜ ਮੇਰੇ ਕੋਲ ਕੋਈ ਮੈਡੀਸਨ ਲੈ ਕੇ ਆਉਂਗੇ ਤਾਂ ਪੁੱਛੋਗੇ ਕਿ ਸਰ ਇਸ ਮੈਡੀਸਨ ਨੂੰ ਮੈਂ ਲਵਾਂ ਕਿ ਨਾ ਲਵਾਂ, ਮੇਰੇ ਹੱਥ ਖੜੇ ਆ, ਮੈਂ ਮੈਡੀਸਨ 'ਚ ਡੀਲ ਨਹੀਂ ਕਰਦਾ, ਮੈਂ ਇੰਨੀ ਡੈਪਥ ਵਿੱਚ ਜਾ ਕੇ ਫਾਰਮਾਕਾਇਨੋਲੋਜੀ ਨਹੀਂ ਪੜ੍ਹੀ, ਮੈਂ ਇੰਨੀ ਡੈਪਥ ਵਿੱਚ ਜਾ ਕੇ ਜਿਹੜਾ ਆ ਮੈਡੀਸਨਸ ਦੀ ਇੰਟਰੈਕਸ਼ਨ ਤੁਹਾਡੀ ਬੋਡੀ ਨਾਲ ਨਹੀਂ ਪੜ੍ਹੀ, ਮੈਡੀਸਨਸ ਮੇਰਾ ਫੀਲਡ ਨਹੀਂ ਹੈ, ਸਰਜਰੀ ਓਪਰੇਸ਼ਨ ਮੇਰਾ ਫੀਲਡ ਨਹੀਂ ਹੈ, ਮੈਂ ਤੁਹਾਨੂੰ ਉਸ ਚੀਜ਼ ਬਾਰੇ ਐਡਵਾਈਜ਼ ਨਹੀਂ ਕਰੂੰਗਾ, ਆਈ ਵਿਲ ਓਨਲੀ ਐਡਵਾਈਜ਼ ਯੂ ਅਬਾਊਟ ਨਿਊਟ੍ਰੀਸ਼ਨ। ਬਟ ਡਾਕਟਰ ਕੀ ਕਰਦੇ ਹੈ? ਐਵਰੀ ਡਾਕਟਰ ਵਿਲ ਗਿਵ ਯੂ ਨਿਊਟ੍ਰੀਸ਼ਨ ਐਡਵਾਈਸ, ਜਦਕਿ ਆਪ ਉਹ ਮਿਕਸ ਸੀਡਸ ਤੇ ਚਣੇ ਖਾ ਰਹੇ ਆ,
high protein category. No, it is a high fiber diet. High fiber hai, omega 3 hai, bade sare minerals and vitamins hai. Everything good for you, but protein nahi hai. So trust me, you don't want to take your nutrition advice from the doctors.